ਤੇ ਪੈਸਾ। ਚਲੋ ਇਹ ਸਾਰੀ ਕਹਾਣੀ ਤੁਹਾਨੂੰ ਅੱਜ ਦੇ ਵਲੌਗ 'ਚ ਪਤਾ ਲੱਗ ਜਾਣੀ ਆ। ਅੱਜ ਸਾਡੇ ਨਾਲ ਹੋਇਆ ਕੀ ਆ, ਇਹਦੀ ਗੱਡੀ ਦਾ ਚੈਂਬਰ ਜਿਹੜਾ ਹੈਗਾ ਥੱਲੇ ਉਹ ਪੂਰਾ ਪਾਟ ਗਿਆ। ਉਹ ਗੱਡੀਆਂ ਚੱਲਣਗੀਆਂ ਤੇ ਵੱਜਣਗੀਆਂ ਜਾਕੀ ਬਚ ਗਿਆ ਅੱਜ ਮੈਂ ਆਏ ਉੱਡ ਕੇ ਚੀਜ਼ ਲੱਗੀ ਗੱਡੀ ਦੇ ਵਿੱਚ। ਕੀ ਪੰਗਾ ਪਾਇਆ ਜਦੋਂ ਯਾਰ? ਅੱਜ ਮੈਂ ਬਿਲਕੁਲ ਨੀ ਪਾਇਆ। ਨੰਬਰ ਵੇਜਾ ਜੀ, ਵੀਡੀਓ ਪਹਿਲਾਂ ਦੇਖ ਤਾਂ ਲਈ ਆਉਣੀ ਹੈ ਯਾਰ। ਅੱਜ ਹੋ ਗਈ ਬਦੋ ਬਦੀ ਬਦੋ ਬਦੀ। ਕਦੇ ਕਦੇ ਦਿਨ ਸਹੀ ਨਹੀਂ ਚੜ੍ਹਦਾ ਹੁੰਦਾ, ਹੈ ਕਿ ਨਹੀਂ? ਗੱਡੀ ਹੋ ਗਈ ਬ੍ਰੇਕ ਡਾਊਨ, ਖੜ੍ਹਾ ਰੋਡ 'ਤੇ, ਹਾਈਵੇ ਆ ਪੂਰਾ, ਉੱਤੇ ਬਦੋ ਬਦੀ ਹੋ ਰਹੀ ਆ। ਗਲਤ ਹੋ ਗਿਆ ਯਾਰ ਅੱਜ, ਬਚਾ ਹੋ ਗਿਆ, ਬਚਾ ਥੋੜ੍ਹਾ ਮੀਨਸ ਗਲਤ ਹੋਣ ਦੀ ਬਜਾਏ, ਗਲਤ ਦੇ ਨਾਲ ਨਾਲ ਬਚਾਅ ਵੀ ਹੋ ਗਿਆ। ਹੁਣ ਮੈਂ ਡੋਰ ਡੋਰ ਕਲੋਜ਼ ਕਰਕੇ ਬੈਠਾ ਵਾਂ, ਆਵਾਜ਼ ਬਹੁਤ ਆਉਂਦੀ ਬਾਹਰੋਂ, ਨਹੀਂ ਆਪਣੀ ਆਵਾਜ਼ ਨਹੀਂ ਸੁਣਨੀ ਕੈਮਰੇ ਵਿੱਚ, ਤਾਂ ਮੈਨੂੰ ਪਸੀਨਾ ਬਹੁਤ ਆ ਰਿਹਾ, ਤਾਂ ਵੀਡੀਓ ਬਣਾਉਣੀ ਵੀ ਜ਼ਰੂਰੀ ਆ। ਅਤੇ ਗੱਲ ਹੋਈ ਇੱਦਾਂ, ਮੈਂ ਜਾ ਰਿਹਾ ਸੀ ਰੋਡ 'ਤੇ ਜੋ ਆਪਣੀ ਨੋਰਮਲ ਸਪੀਡ ਹੁੰਦੀ ਆ, 110 ਵੀ ਦਾ ਰੋਡ ਆ ਇਹ, ਉਹਦੇ ਨਾਲ ਜਾ ਰਿਹਾ ਸੀਗਾ। ਸਡਨਲੀ ਮੂਹਰੋਂ ਇੱਕ ਗੱਡੀ ਦੇ ਥੱਲਿਓਂ ਕੁਛ ਟੁੱਟ ਕੇ, ਜਾਂ ਪਹਿਲਾਂ ਦਾ ਕੁਛ ਪਿਆ ਹੋਊਗਾ ਜਾਂ ਗੱਡੀ ਦੇ ਥੱਲੇ ਟੁੱਟ ਕੇ ਪਿੱਛੇ ਨੂੰ ਆਇਆ ਬੈਕ। ਉਹ ਸੀ ਇੰਨੀ ਹਾਈਟ ਦੇ ਉੱਤੇ ਸੀਗਾ, ਜਿਵੇਂ ਆਇਆ ਤਾਂ ਇੱਦਾਂ ਸੀ ਦੂਰੋਂ, ਐਂ ਲੱਗਦੀ ਮੇਰੇ ਵੀ ਗੱਡੀ ਦੇ ਫਰੰਟ 'ਤੇ ਸ਼ੀਸ਼ੇ 'ਤੇ ਲੱਗੂਗਾ, ਅਤੇ ਮੈਂ ਮੂੰਹ ਵੀ ਇੱਦਾਂ ਕੀਤਾ, ਇੰਨੀ ਹਾਈਟ ਸੀਗੀ ਉਹਦੀ, ਐਂ ਕਰਕੇ ਉਹ ਗੱਡੀ ਦੇ ਥੱਲੇ ਵੜ ਗਿਆ, ਗੱਡੀ ਦੇ ਥੱਲੇ ਹਿੱਟ ਕੀਤਾ ਬਹੁਤ ਜ਼ੋਰ ਦੀ, ਅਤੇ ਗੱਡੀ 'ਤੇ ਹਿੱਟ ਕੀਤਾ ਲੱਗ ਤਾਂ ਪਤਾ ਮੈਨੂੰ ਗਿਆ, ਅਤੇ ਮੈਂ ਕਿਹਾ ਚੱਲ ਨੋਰਮਲ ਲੱਗ ਕੇ ਨਿਕਲ ਗਿਆ। ਹੁਣ 3-4 ਕਿਲੋਮੀਟਰ ਆਇਆ ਮੈਂ, ਗੱਡੀ ਦੀ ਲਾਈਟ ਜਗ ਗਈ, ਗੱਡੀ ਦੀ ਲਾਈਟ ਜਗ ਗਈ, ਫਿਰ ਮੈਂ ਇੱਧਰ ਉੱਧਰ ਦੇਖਿਆ ਤਾਂ ਪਿੱਛੇ ਗੱਡੀ ਧੂੰਆਂ ਹੀ ਧੂੰਆਂ ਮਾਰੀ ਜਾਂਦੀ ਸੀਗੀ, ਫਿਰ ਮੈਂ ਗੱਡੀ ਸਾਈਡ 'ਤੇ ਪਾਰਕ ਕੀਤੀ, ਉੱਤਰ ਕੇ ਦੇਖਿਆ ਗੱਡੀ ਦਾ ਤੇਲ ਲੀਕ ਹੋ ਗਿਆ, ਗੱਡੀ ਦਾ ਪਾਣੀ ਉੱਡ ਗਿਆ ਸਾਰਾ ਰੈਡੀਏਟਰ ਦਾ, ਹੈ ਨਾ, ਅਤੇ ਕਿਸੇ ਦੀ ਗਲਤੀ ਨੁਕਸਾਨ ਆਪਣਾ। ਚਲੋ ਹੁਣ ਨੁਕਸਾਨ ਤਾਂ ਹੋਈ ਹੋਇਆ ਮੇਰੇ, ਜੋ ਮੈਂ ਸਿਚੁਏਸ਼ਨ ਦੇਖੀ ਆ ਉਹ ਇੱਥੇ ਆਉਂਦਾ ਸੀ, ਮੂੰਹ 'ਤੇ ਮੈਂ ਐਂ ਕੀਤਾ ਗੱਡੀ ਦੇ ਥੱਲੇ ਗਿਆ ਵਾ, ਵੈਸੇ ਉਨਾ ਉੱਚਾ ਆਇਆ ਨਹੀਂ ਜਿੰਨਾ ਉਹ ਲੱਗ ਰਿਹਾ ਸੀਗਾ, ਜਾਨ ਬਚੀ, ਕੋਈ ਦੂਜਾ ਨੁਕਸਾਨ ਨਹੀਂ ਹੋਇਆ, ਸਾਈਡ 'ਤੇ ਗੱਡੀ ਲਾ ਕੇ ਖੜ੍ਹਾ ਵਾਂ, ਅਤੇ ਰਿਕਵਰੀ ਨੂੰ ਕਾਲ ਕੀਤੀ ਹੋਈ ਆ, ਰਿਕਵਰੀ ਦੀ ਵੇਟ ਕਰ ਰਿਹਾ ਹੁਣ ਮੈਂ, ਅਤੇ ਬਸ ਦਿਨ ਤਾਂ ਹੋ ਗਿਆ ਖਰਾਬ, ਅੱਜ ਦਾ ਕੰਮ ਕਾਰ ਵਿੱਚ ਹੀ ਠੱਪ ਨੇ, ਬਾਕੀ ਅੱਗੇ ਦੇਖਦੇ ਹਾਂ। ਮੈਂ ਕਿਹਾ ਕੰਮ ਕਾਰ ਤਾਂ ਠੱਪ ਆ, ਬਲੌਗ ਕਿਉਂ ਛੱਡਣਾ ਆਪਾਂ, ਬਲੌਗ ਬਣਾ ਲਈਏ, ਬਾਕੀ ਜੋ ਵੀ ਅਪਡੇਟ ਆ, ਜਿੰਨੀ ਵੀ ਅਪਡੇਟ ਆ ਮੈਂ ਦੱਸਦਾ ਤੁਹਾਨੂੰ, ਫੋਨ ਆ ਰਹੇ ਆ ਜਿੰਨਿਆਂ ਨੂੰ ਮੈਂ ਦੱਸਿਆ ਵਾ, ਅਤੇ ਹੁਣ ਉਹਨਾਂ ਨੂੰ ਮੈਂ ਰਿਪਲਾਈ ਕਰਕੇ ਫਿਰ ਵੀਡੀਓ ਬਣਾਉਣਾ।
ਅਸੀਂ ਰਿਕਵਰੀ ਬੁਲਾਈ ਆ, ਰਿਕਵਰੀ ਨੂੰ ਆਲਮੋਸਟ 40 ਮਿੰਟ ਕਿਹਾ ਉਹਨਾਂ ਨੇ, ਹੁਣ ਵੇਟ ਕਰਨੀ ਪੈਣੀ ਆ 40 ਮਿੰਟ ਤੱਕ। ਰਿਕਵਰੀਆਂ ਰੁਕ ਤਾਂ ਬਹੁਤ ਰਹੀਆਂ ਵਾ, ਅਤੇ ਅਸੀਂ ਲੈ ਲੈਂਦੇ ਹਾਂ, ਇਹਨਾਂ ਨੇ ਲੈ ਲੈਣਾ 300-400 ਦਰਾਮ, ਉਹ ਆਪਾਂ ਨੂੰ ਫਰੀ ਆਉਣੀ ਇੰਸ਼ੋਰੈਂਸ ਵਾਲਿਆਂ ਵੱਲੋਂ। ਇੰਸ਼ੋਰੈਂਸ ਵਾਲਿਆਂ ਨੂੰ ਕਾਲ ਕੀਤੀ ਆ, ਰਿਕਵਰੀ ਫਰੀ ਆ ਆਪਾਂ ਨੂੰ, ਉਹ ਆਉਣਗੇ ਬਸ 40 ਮਿੰਟ ਵੇਟ ਕਰਨਾ ਪੈਣਾ। ਹਵਾ ਚੱਲਦੀ ਆ, ਗਰਮੀ ਇੰਨੀ ਹੈ ਨਹੀਂ ਗੀ। ਸਾਡਾ ਮਿੱਤਰ ਆਉਂਦਾ ਪਿਆਰਾ, ਕਹਿੰਦਾ ਮੈਂ ਨੇੜੇ ਹੀ ਸੀਗਾ, ਜਿਨ੍ਹਾਂ ਨੂੰ ਹੁਣ ਪਤਾ ਲੱਗਿਆ, ਅਤੇ ਕਹਿੰਦਾ ਕਰ ਤਾਂ ਕੌਣ ਨਹੀਂ ਸਕਦੇ ਇੱਥੇ, ਬਸ ਮਿਲ ਕੇ ਚਲਾ ਜਾਊਗਾ ਹੱਲਾਸ਼ੇਰੀ ਦੇ ਕੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਆ ਕਹਿ ਕੇ, ਕਿਉਂਕਿ ਰਿਕਵਰੀ 'ਚ ਹੀ ਲੈ ਕੇ ਜਾਣੀ ਪੈਣੀ ਆ ਗੱਡੀ, ਤਾਂ ਹੋਰ ਕੋਈ ਹਾਲ ਨਹੀਂ ਇੱਥੇ। ਇੱਥੇ ਆਪਾਂ ਦੂਜੇ ਲੋਟ ਧੱਕਾ ਲਾ ਕੇ ਉੱਦਾਂ ਕਰਕੇ ਨਹੀਂ ਲੈ ਕੇ ਜਾ ਸਕਦੇ, ਜਾਂ ਟੋ ਕਰਕੇ ਓਨਲੀ ਰਿਕਵਰੀ, ਤੁਹਾਡੀ ਗੱਡੀ ਖਰਾਬ ਹੁੰਦੀ ਹੈ। ਉਹ ਆ ਗਿਆ ਮਿੱਤਰ, ਚਲੋ ਉਹਨੂੰ ਮਿਲੀਏ ਆਪਾਂ, ਕੀ ਕਹਿੰਦਾ। ਵਧੋ ਪਤੀ, ਮਿੱਤਰ ਆਇਆ ਸੀ ਚਲਾ ਗਿਆ, ਇੰਨਾ ਟਾਈਮ ਹੀ ਖੜ੍ਹ ਸਕਦੇ ਆਪਾਂ 10 ਮਿੰਟ, ਕਿਉਂਕਿ ਸਾਰੇ ਕੰਮਾਂ ਕਾਰਾਂ ਵਾਲੇ ਆ, ਕੰਮ ਤੋਂ ਲੇਟ ਨਹੀਂ ਹੋ ਸਕਦੇ। ਇੱਕ ਤਾਂ ਯਾਰ ਮੈਨੂੰ ਰਿਕਵਰੀ ਵਾਲਿਆਂ ਨੇ ਇੰਨਾ ਤੰਗ ਕੀਤਾ ਨਾ, 5-7 ਰਿਕਵਰੀਆਂ ਰੁਕ ਗਈਆਂ, ਨਾਲੇ ਉਹਨਾਂ ਨੂੰ ਮਨਾ ਕਰੀ ਜਾ ਰਿਹਾ ਮੈਂ ਹੱਥ ਮਾਰ ਕੇ, ਬਟ ਨਹੀਂ, ਇੱਕ ਹੋਰ ਰੁਕ ਗਈ। ਅਤੇ ਮਿੱਤਰ ਆਇਆ, ਹਾਲ ਚਾਲ ਪੁੱਛ ਕੇ ਚਲਾ ਗਿਆ, ਕਹਿੰਦਾ ਭਾਅ ਜੀ ਫਟਕਾ ਵੱਧ ਲੱਗ ਗਿਆ ਲੱਗਦਾ। ਚਲੋ ਹੁਣ ਗਲਤੀ ਕਿਸੇ ਦੀ ਭੁਗਤਣਾ ਸਾਨੂੰ ਪੈਣਾ, ਰੋਡ 'ਤੇ ਚੀਜ਼ਾਂ ਡਿੱਗੀਆਂ ਪਈਆਂ ਹੁੰਦੀਆਂ, ਜਾਂ ਕਿਸੇ ਦੀ ਗੱਡੀ 'ਚੋਂ ਟੁੱਟ ਕੇ ਡਿੱਗੀ ਆ, ਉਹ ਨਹੀਂ ਪਤਾ। ਚਲੋ ਮਿਲਦੇ ਹਾਂ ਬੰਦੇ ਨੂੰ, ਰਿਕਵਰੀ ਵਾਲਾ ਨਿਕਲ ਕੇ ਆਉਂਦਾ, ਕਿਤੇ ਆਪਣੇ ਵਾਲਾ ਤਾਂ ਨਹੀਂ। ਰਿਕਵਰੀ ਵਾਲੇ ਨੂੰ ਮੋੜਤਾ, ਚਲੋ ਇਹਨਾਂ ਦਾ ਵੀ ਕੰਮ ਆ ਯਾਰ, ਇਹਨਾਂ ਨੇ ਵੀ ਰੁਕਣਾ, ਅਸੀਂ ਕੰਮ ਲੱਭਣੇ ਹੁੰਦੇ ਆ। ਬਾਕੀ ਹੁਣ ਦੇਖਦੇ ਹਾਂ ਕਿੰਨੀ ਕੁ ਵਧੋ ਵਧੀ ਪੈਂਦੀ ਹੈ। ਆਏ ਰਿਕਵਰੀ ਵਾਲੇ ਰੁਕਦੇ ਆ, ਮਾਹੌਲ ਦਿਖਾਉਂਦਾ ਸੀ ਕਿੰਨਾ ਫਾਸਟ ਆ, ਗੱਡੀਆਂ ਲੰਘਦੀਆਂ, ਤੁਰਦੀਆਂ, ਧੱਕਾ ਮਾਰਦੀਆਂ, ਐਂ ਹਿਲਦੀ ਆ ਗੱਡੀ, ਜਿੰਨੀ ਆਵਾਜ਼ ਆ ਨਾ, ਖੜ੍ਹੇ ਨੂੰ ਡਰ ਹੀ ਲੱਗਦਾ ਛੇਤੀ ਛੇਤੀ ਰਿਕਵਰੀ ਵਾਲਾ ਆ ਜਾਵੇ, ਬਟ ਘੰਟਾ ਲਾ ਹੀ ਦੇਣਾ ਉਹਨੇ, ਅੱਜ ਤਾਂ 10 ਮਿੰਟ ਹੋਏ ਆ। ਰਿਕਵਰੀ ਹੁਣ ਦਿਖਾਈ ਸੀ, ਇੱਦਾਂ ਮੈਂ ਕਹਿੰਦਾ 8-10 ਰਿਕਵਰੀਆਂ ਹਜੇ ਤੱਕ ਰੁਕ ਗਈਆਂ, ਮਨਾ ਕਰਨਾ ਪੈਂਦਾ ਵਾ, ਮੰਨਦੇ ਉਹ ਵੀ ਨਹੀਂ ਗੇ, ਵਾਰੀ ਵਾਰੀ ਰੁਕੀ ਜਾਂਦੇ ਹਨ, ਬਟ ਆਪਣੀ ਜਿਹੜੀ ਆਉਣੀ ਆ ਆਪਾਂ ਨੂੰ ਫਰੀ ਆਉਣੀ ਆ, ਇੰਸ਼ੋਰੈਂਸ 'ਚ ਕਵਰ ਆਉਣੀ। ਬਾਕੀ
ਕੀ ਹੁਣ ਉਦੋਂ ਵੀਡੀਓ ਬਣਾਉਣਾ ਉਦੋਂ ਰਿਕਵਰੀ ਵਾਲਾ ਆ ਗਿਆ। ਲੋ ਵੀ ਫਾਈਨਲੀ ਰਿਕਵਰੀ ਆ ਗਈ ਆ। ਵੈਸੇ ਬਾਹਰ ਜਾ ਕੇ ਪੁੱਛਣਾ ਉਹੀ ਆ ਜਾਂ ਹੋਰ ਕੋਈ ਰੁਕਿਆ ਹੋਇਆ ਵਾ, ਚੈੱਕ ਕਰਦੇ ਹਾਂ। ਆਪਣੇ ਵਾਲੀ ਲੱਗਦੀ ਆ ਇੰਸ਼ੋਰੈਂਸ ਆ। ਇੰਸ਼ੋਰੈਂਸ ਵਾਲੀ ਆ ਗਈ ਰਿਕਵਰੀ। ਬੰਦਾ ਫੋਟੋਆਂ ਲੈ ਰਿਹਾ ਹੈਗਾ ਵੀ ਪੰਜਾਬੀ ਆਪਣਾ ਮਿੱਤਰ, ਤੇ ਆਹ ਰਿਕਵਰੀ ਪੰਜਾਬੀ ਮੁੰਡਾ ਆਪਣਾ ਨਕੋਦਰ ਦਾ ਲੱਗਿਆ ਹੋਇਆ ਸੈਟਿੰਗਾਂ ਕਰਨ, ਹੁਣ ਗੱਡੀ ਚੜਾਉਣਗੇ ਉੱਤੇ। ਹਾਲ ਦੀ ਨਾ ਇਹ ਗਰਮੀ ਦਾ ਨਤੀਜਾ, ਨਿਊਟਰਲ ਰੱਖੋ ਨਾ, ਬ੍ਰੇਕ ਛੱਡ ਦੋ। ਓਕੇ, ਡੇਢ ਘੰਟਾ ਹੋ ਗਿਆ ਖੜੇ ਨੂੰ, ਵੱਧ ਹੀ ਹੋ ਗਿਆ। ਉਹ ਹੁਣ ਆਇਆ ਤੇ ਹੁਣ ਗੱਡੀ ਚੜ੍ਹਦੀ ਆ, ਮੈਂ ਵਿੱਚ ਬੈਠ ਕੇ ਸੈੱਟ ਕਰਾਉਣਾ ਪਿਆ। ਦਿਖਾਉਣਾ ਰੰਗ ਮੰਚ ਆ ਜਾਂਦੀ ਗੱਡੀ ਉੱਤੇ। ਮਿੱਤਰ ਵੀ ਪੰਜਾਬ ਤੋਂ ਵੱਲ ਕੁੰਦ ਔਨ ਦਾ ਵੇ ਟੂ ਦਸ਼ੇਸ ਗੈਰਜ ਦੇ ਵਿੱਚ ਖੜੀ ਕਰਦੇ, ਦੇਖਦੇ ਹਾਂ ਕਿੱਡਾ ਕੁ ਫਟਕਾ ਪੈਂਦਾ ਉੱਥੇ ਜਾ ਕੇ। ਗਰਮੀ ਬਹੁਤ ਸੀ, ਆਈ ਸੀ ਚ ਬਹਿ ਕੇ ਹੁਣ ਥੋੜੀ ਸ਼ਾਂਤੀ ਮਿਲੀ। ਇੱਕ ਗੱਲ ਮੈਂਸ਼ਨ ਕਰਦਾ, ਆਪਣੇ ਔਰਤਾਂ ਨੂੰ ਇਹ ਨਹੀਂ ਪਤਾ ਵੀ ਰਿਕਵਰੀ ਫ੍ਰੀ ਹੁੰਦੀ ਆ ਜਿਹੜੀ ਆਪਾਂ ਇੰਸ਼ੋਰੈਂਸ ਕਰਾਉਂਦੇ ਆ। ਉਹਦੇ ਵਿੱਚ 3-4 ਟ੍ਰਿਪ ਰਿਕਵਰੀ ਦੇ ਫ੍ਰੀ ਹੁੰਦੀ ਆ, ਕੋਈ ਵੀ ਇੰਸ਼ੋਰੈਂਸ ਹੋਊਗੀ ਤੁਹਾਡੀ। ਹੁਣ ਮੇਰੇ ਕੋਲ ਆ ਕੇ ਰੁਕਦੇ ਸੀਗੇ, ਉਹਨਾਂ ਨੇ 3-3-400 ਰੁਪਈਆ ਡਿਮਾਂਡ ਕਰਨੀ ਆ, ਹੁਣ ਰਿਕਵਰੀ ਵਾਲੇ ਪੇ ਕਰਨਗੇ ਬਾਈ ਉਹਨਾਂ ਨੂੰ, ਅਤੇ ਆਪਣੇ ਲਈ ਫ੍ਰੀ ਆਈ ਆ। ਹਾਂ ਜਦੋਂ ਵੇਟ ਜ਼ਰੂਰ ਤੁਹਾਨੂੰ ਘੰਟਾ ਡੇਢ ਘੰਟਾ ਕਰਨਾ ਪੈ ਜਾਂਦਾ ਉੱਥੇ, ਬਟ ਪੈਸੇ ਬਚ ਜਾਂਦੇ ਆ। ਉਹੀ ਹੁਣ ਗੱਡੀ ਠੀਕ ਕਰਾਉਣ 'ਚ ਲੱਗਣਗੇ ਕਿਆ ਬਈ। ਨਿਬੜਿਆ ਕੰਮ ਰਿਕਵਰੀ ਦਾ।
ਗੱਡੀ ਲਾਤੀ ਪਾਰਕਿੰਗ ਦੇ ਵਿੱਚ ਅਤੇ ਆਪਣਾ ਗੈਰੇਜ ਜਿਹਦੇ ਆਉਂਦੇ ਹੁੰਦੇ ਹਾਂ, ਦੁਪਹਿਰੇ ਛੁੱਟੀ ਹੁੰਦੀ ਆ, ਨਹੀਂ 2-3 ਘੰਟੇ ਰੈਸਟ 'ਤੇ ਜਾਂਦੇ ਆ, ਹੁਣ 3 ਵਜੇ ਆਉਣਗੇ। ਚਾਬੀ ਮੈਂ ਅੰਦਰ ਫੜਾ ਦੇਣੀ ਆ, ਪੁੱਛ ਲਿਆ ਅਤੇ ਸ਼ਾਮ ਨੂੰ ਦੇਖਦੇ ਹਾਂ ਗੱਡੀ ਦਾ ਕੀ ਹਿਸਾਬ ਕਿਤਾਬ ਪੈਂਦਾ। ਨਾਸ਼ਤਾ ਅੱਜ ਬੱਜ ਗਿਆ ਯਾਰ, ਗਰਮੀ ਸੀਗੀ, ਹਵਾ ਸ਼ੁਕਰ ਕਰ ਹਵਾ ਚੱਲਦੀ ਸੀ ਅੱਜ, ਉਹਦੇ ਨਾਲ ਬਚਾਅ ਹੋਇਆ ਰਿਹਾ। ਅਤੇ ਜਾਨੂੰ ਬਾਈ ਆ ਜੂਗਾ, ਪਿਕ ਕਰੂਗਾ ਮੈਨੂੰ। ਉਹ ਖੜੀ ਗੱਡੀ, ਘਰ ਚਲੇ ਅਲਵਿਦਾ, ਵਰਕਸ਼ਾਪ ਉਹ 3 ਵਜੇ ਓਪਨ, ਫਿਰ ਖੋਲ੍ਹ ਖੁੱਲ੍ਹ ਕੇ ਉਦੋਂ ਸ਼ਾਮ ਨੂੰ ਦੱਸਣਗੇ ਕੀ ਪੈਂਦਾ ਵਾ ਹਿਸਾਬ ਕਿਤਾਬ। ਅਤੇ ਆਪਾਂ ਚੱਲਦੇ ਹਾਂ ਘਰੇ, ਬਾਈ ਆ ਗਿਆ ਲੈਣ। ਆਪਾਂ ਆ ਜਾ ਕਿ ਪਿੱਛੇ ਬੈਠੇ ਹਾਂ, ਘੁੰਮ ਜਾ ਫਿਰ ਮਾਰਸ਼ਾਲ, ਵੈਰੀ ਗੁੱਡ। ਜਾਕੀ ਬਚ ਗਿਆ ਅੱਜ, ਮੈਂ ਆਏ ਉੱਡ ਕੇ ਚੀਜ਼ ਲੱਗੀ ਗੱਡੀ ਦੇ ਵਿੱਚ, ਚਾਚੂ ਦਾ ਐਕਸੀਡੈਂਟ ਹੋ ਗਿਆ। ਹਾਂ ਉਹਦੇ ਗੱਡੀ ਖਰਾਬ ਹੋ ਗਈ। ਫਿਰ ਮੈਸੇਜ ਕੀਤਾ ਸੀ, ਤੂੰ ਸਕੂਲ ਕਿਉਂ ਆਇਆ ਸੀਗਾ, ਫਿਰ ਮੈਂ ਕਿਹਾ ਚੱਲ ਮੈਂ ਆਪੇ ਆ ਜਾਣਾ ਹੁਣ। ਹਾਂ ਵੀਡੀਓ ਸੈਂਡ ਮੈਂ ਸੈਂਡ ਕੀਤੀ ਸੀ। ਕਿਵੇਂ ਕੀ ਰਿਹਾ ਮਾਹੌਲ? ਠੀਕ ਆ, ਰਿਕਵਰੀ ਥੋੜੀ ਲੇਟ ਹੋ ਗਈ ਹੈ ਨਾ? ਰਿਕਵਰੀ ਕਾਫੀ, 2 ਘੰਟੇ ਲਾਦੇ, 2 ਘੰਟੇ। ਉਹ ਇਹ ਭਾਈ ਹੁੰਦੇ ਇਹਨਾਂ ਕੋਲ ਅੱਗੇ ਹੋਰ ਮੂਰੇ ਆਰਡਰ ਹੁੰਦਾ, ਰਿਕਵਰੀ ਵਾਲਾ ਪੰਜਾਬੀ ਮੁੰਡਾ ਸੀਗਾ। ਹਾਂਜੀ ਕਿਵੇਂ ਸਾਰੇ? ਠੀਕ ਹੋ? ਅੱਜ ਮੁੰਡਾ ਨਾਲ ਆਪਣਾ ਥੋੜਾ ਜਿਹਾ ਵਾਕਾ ਹੋ ਗਿਆ, ਤੇ ਹੁੰਦੇ ਰਹਿੰਦੇ ਆ ਰੋਡ ਦੇ ਉੱਤੇ ਗੱਡੀਆਂ ਚੱਲਣਗੀਆਂ ਤੇ ਵੱਜਣਗੀਆਂ, ਕਿਉਂ ਸਲੀਮ? ਇਹ ਤਾਂ ਗੱਲ ਹੈ। ਹਾਂ ਤੇ ਉਹਨੂੰ ਆਪਾਂ ਸੈੱਟ ਕਰਾਉਂਦੇ ਫਿਰਦੇ, ਤੇ ਹੁਣ ਇਹਨੂੰ ਹੁਣ ਵੱਜੀ ਥੋੜੀ ਘੱਟ ਹੋਵੇ ਤਾਂ ਵਧੀਆ। ਰਿਕਵਰੀ ਆ ਗਈ ਆ, ਰਿਕਵਰੀ ਹੈਗੀ ਆਪਣੀ ਇੰਸ਼ੋਰੈਂਸ 'ਚ ਕਵਰ, ਸਮਝ ਗਿਆ? ਉਹਦਾ ਆਪਾਂ ਨੂੰ ਫਾਇਦਾ ਹੈ ਨਾ ਜਮਾਂ ਬਾਈ, ਇਹੀ ਫਾਇਦਾ ਹੋਇਆ ਆ ਵਾਲੀ 'ਚ, ਅਦਰਵਾਈਜ਼ ਹੁਣ ਤਾਂ ਪੱਲੇ ਹੀ ਲੱਗਣਾ। ਜੇ ਫੁੱਲ ਇੰਸ਼ੋਰੈਂਸ ਵੀ ਹੋਵੇ ਤਾਂ ਵੀ ਕਵਰ ਨਹੀਂ ਗਾ, ਇਹ ਹਿਸਾਬ ਕਿਤਾਬ। ਹਾਂ ਤਾਂ ਚੱਲ ਐਕਸੀਡੈਂਟ, ਥਰਡ ਪਾਰਟੀ ਆ ਤਾਂ ਵੀ ਜਸਟ ਐਕਸੀਡੈਂਟ ਦੇ ਵਿੱਚ ਕਵਰ ਹੁੰਦਾ ਵਾ, ਤੁਰੇ ਆਉਂਦੇ ਤੋਂ ਗੱਡੀ ਦੇ ਥੱਲੇ। ਪਰ ਡੇਂਜਰ ਸੀ ਯਾਰ ਸੀਨ ਬਾਈ, ਉਹ ਨਾ ਗੱਡੀ ਜਾ ਰਹੀ ਮੂਹਰੇ, ਤੇ ਮੈਂ ਦੱਸ ਵੀ ਦਵਾਂ ਕਿਵੇਂ ਲੱਗੀ ਆ ਪੂਰੀ ਸਿਚੁਏਸ਼ਨ, ਕਿੰਨਾ ਕੁ ਆਪਣਾ ਗੈਪ ਹੁੰਦਾ ਵਾ, ਨੋਰਮਲ ਜੋ ਗੈਪ ਰੱਖਦੇ ਆ ਕੀ ਸੌਣ ਹਨਾ, ਮੇਰੇ ਤੋਂ ਜਿੰਨਾ ਕੁ ਗੈਪ ਹੁੰਦਾ ਉਹਨਾਂ ਗੈਪ ਸੀਗਾ। ਗੱਡੀ ਨੋਰਮਲੀ ਇੱਥੇ 110-120 ਤੇ ਮੈਂ ਹੋਊਂਗਾ, 130 ਦਾ ਰੋਡ ਆ ਉਹ, ਸਪੀਡ ਤੇ ਮੈਂ ਜਾ ਰਿਹਾ, ਉਹਦੇ ਥੱਲਿਓਂ ਪਤਾ ਨੀ ਉਹਦਾ ਕੁਛ ਟੁੱਟਿਆ ਜਾਂ ਪਹਿਲਾਂ ਰੋਡ ਤੇ ਪਿਆ ਸੀ, ਉਹਦੇ ਥੱਲਿਓਂ ਨਾ ਉੱਬੜ ਉੱਚੀ ਦੇਣੀ, ਉੱਬੜ ਕੇ ਬਾਈ ਆਇਆ ਇੰਨੀ ਉੱਚੀ, ਮੈਨੂੰ ਲੱਗਿਆ ਵੀ ਮੇਰੇ ਆਹ ਸ਼ੀਸ਼ੇ ਤੇ ਆਊਗਾ, ਮੈਂ ਐਂ ਹੋ ਗਿਆ, ਐਂ ਕਰੀ ਜਾਵਾਂ, ਉਹ ਗੱਡੀ ਦੇ ਥੱਲੇ ਵੜਿਆ ਤੇ ਥੱਲੇ ਵੱਜਣ ਦੀ ਆਵਾਜ਼ ਆਈ ਆ ਮੈਨੂੰ। ਮੈਂ ਉਦੋਂ ਮੈਨੂੰ ਲੱਗਿਆ ਤਾਂ ਹੈ ਕੋਈ ਝਟਕਾ ਵੀ ਕੋਈ ਗੱਲ ਹੋ ਗਈ, ਬਟ ਗੱਡੀ ਨੋਰਮਲ ਤੁਰੀ ਜਾਂਦੀ ਸੀ, ਰੇਡੀਏਟਰ ਪਾ ਮੈਂ, ਹਾਂ ਰੋਈ ਰੇਡੀਏਟਰ ਦਾ ਨਹੀਂ, ਆਇਲ ਗਿਆ, ਇੰਜਨ ਆਇਲ ਸਾਰਾ ਨਿਕਲ ਗਿਆ, ਤੇ ਰੈਟ ਹੋ ਗਈ, ਲੈਟ ਹੋ ਗਈ, ਰੈਟ ਹੋ ਗਈ, ਰੈਡ ਲੈਟ ਹੋ ਗਈ, ਚੱਲ ਨਹੀਂ ਮੰਨਣਾ ਵੱਖਰੀ ਗੱਲ ਆ, ਰੈਡ ਚ ਕੱਟਦੀ ਜਾ ਰਹੇ ਨੇ, ਗ੍ਰੀਨ ਆ ਯਾਰ। ਮੈਂ ਨੀ ਲੈਣਾ, ਤੂੰ ਟੈਕਸੀ ਬਹਿ ਕੇ ਆ ਜਾ, ਲੇਕਿਨ ਫਿਰ ਵੀ ਇਹਨੇ ਭਰਾ ਯਾਰ ਸੋਚਣੀ ਪੈਂਦੀ ਆ, ਕੰਮ ਬਹੁਤ ਕਰਾਉਣਾ ਸੀ ਇੱਥੋਂ, ਕੰਮ ਬਹੁਤ ਕਰਾਉਣਾ ਸੀ, ਨਹੀਂ ਜਾਕੀ ਨੀ ਆਉਣਾ ਸੀ ਆਪਣੇ, ਹੋ ਨਾ ਜਾਕੀ ਪਾਣੀ ਫੜਾ ਦੇ
ਆ ਲਿਆ ਬਾਹਰੋਂ ਆ ਲਿਆ, ਬਾਹਲੇ ਕੰਮ ਕਰਾਉਣੇ ਪੈਂਦੇ, ਪਿਆਸ ਇੰਨੀ ਲੱਗੀ ਆ ਨਾ ਬਾਈ, ਇੰਨੀ ਪਿਆਸ ਲੱਗੀ ਆ, ਠੰਡਾ ਠੰਡਾ ਪਾਣੀ ਪੀਣਾ ਘਰੇ ਆ ਗਏ, ਟਿਕਟੋਕ ਫੇਸਬੁੱਕ ਯੂਟਿਊਬ ਬਣਾ ਲਿਆ ਆਪਾਂ, ਠੀਕ ਹੋਈ ਯਾਰ ਬਾਈ ਅੱਜ ਕੁੱਤੇ ਖਾਣੀ ਕੱਲ ਹੋ ਫੇਰ ਕਹਿੰਦੇ ਪਲਾਸਟਿਕ ਦੀ ਰਬੜ ਦੀ ਜਿਹੜੀ ਹੁੰਦੀ ਆ, ਜੇ ਹੁਣ ਕੋਈ ਪੁਆਇੰਟ ਹੋਇਆ ਤਾਂ ਭੈਣ ਤੈਨੂੰ ਪਤਾ ਹੀ ਆਪਾਂ ਗੱਡੀ ਕਿੰਨੇ ਦੇ ਲਾਈ, ਚੱਲ ਦੱਸੂਗਾ ਕੰਮ ਪੂਰਾ ਨੱਕੀ ਕਰੂਗਾ, ਲੇਕਿਨ ਗੁਰੂ ਥੋੜਾ ਮਹਿੰਗਾ। ਇੱਥੋਂ ਸਾਡੇ AK-47 ਪਾਈ ਹੁੰਦੀ ਸੀਗੀ, ਸਾਡੇ ਯਾਰ ਨੇ ਗਿਫਟ ਕੀਤੀ ਸੀ, ਲੇਕਿਨ ਉਹ ਕੱਟ ਕੇ ਲੈ ਗਿਆ ਕੋਈ ਚੋਰੀ ਕਰਕੇ ਜਦੋਂ ਅਸੀਂ ਵਰਕਸ਼ਾਪ ਚਲਾਈ ਆ, ਤਾਂ ਕਰਕੇ ਇਕੱਲਾ ਧਾਗਾ ਲੱਗਿਆ ਰਹਿ ਗਿਆ, ਧਾਗਾ ਲੱਗਿਆ ਰਹਿ ਗਿਆ। ਤੇ ਸ਼ਾਮ ਨੂੰ ਮਿਲਿਓ ਫਿਰ, ਸ਼ਾਮ ਨੂੰ ਮਿਲਦੇ ਹਾਂ, ਚੱਲ ਲਵੇ ਬਾਈ ਫਿਰ। ਉਹ ਜੀਡੀਏ ਚਟਕਾਉਣ ਲੱਗਿਆ ਹੋਇਆ, ਇਹ ਚਟਕਾਉਣਾ GTA ਤੇ ਇੱਥੇ ਹੀ ਖੜਾ ਰਹਿੰਦਾ ਹੈ ਪੂਰਾ ਵੇਟ ਘਟਾਇਆ ਹੋਇਆ ਸਾਡਾ, ਤੇ ਮੈਂ ਤੁਹਾਨੂੰ ਕੰਟਰੋਲ ਵਾਲਾ ਫੂਡ ਦਿਖਾ ਦਾ, ਥੋੜਾ ਝਲਕ ਮਰਵਾ ਦਾ, ਬਰੋਕਲੀ ਹਲਕਾ ਜਿਹਾ, ਚਿਕਨ ਓਲਿਵ ਓਇਲ ਬੋਇਲਡ ਐਗ ਤੇ ਹਲਕਾ 200 ਗ੍ਰਾਮ ਚਿਕਨ। ਦੇਖਾ ਪੂਰੀ ਡਾਇਟ ਆਪਣੇ ਫਰੈਂਡਸ ਨੂੰ ਦਿਖਾ ਦੇ ਸਾਰਿਆਂ। ਗੋਭੀ ਵਾਲੇ ਪਰੌਂਠੇ, ਗੋਭੀ ਵਾਲੇ ਪਰੌਂਠੇ, ਦਹੀਂ ਡੱਬਾ ਭਰਿਆ ਪਿਆ, ਦੇਸੀ ਦਹੀਂ, ਦੇਸੀ ਘਿਓ, ਇਹ ਤਰੀ ਵਾਂਗੂ ਖਾਣਾ ਸੀ, ਉਹਨੇ ਦੇੜ ਦੇਣੇ ਆ, ਵੇਖ ਲਿਆ ਨਾ ਸਿਸਟਮ ਪੂਰਾ। ਬਸ ਹੁਣ ਡਾਇਟ ਸਟਾਰਟ ਕਰ ਦਈ ਸੀ, ਖਾਣ ਲੱਗੇ ਆ, ਸ਼ਾਮ ਨੂੰ ਗੱਡੀ ਦਾ ਅਗਲਾ ਦੱਸੂਗਾ ਫੋਲੋ ਕਰਨ ਲਈ, ਔਰ ਡਾਇਟ ਦੇ ਅਕੋਰਡਿੰਗ ਕੁਛ ਸੁਜੈਸ਼ਨ ਲੈਣਾ ਸਾਨੂੰ ਕੰਟੈਕਟ ਕਰੋ, ਤੁਹਾਨੂੰ ਵਧੀਆ ਗਾਈਡ ਕਰਾਂਗੇ ਡਾਇਟ ਕਿਵੇਂ ਬਣਦੀ ਹੈ ਸਾਡੀ। ਬਹੁਤ ਦੁਖੀ ਕੀਤਾ ਸੀ ਮੈਂ, ਦੱਬੋ ਇਹਨੂੰ ਸਲੇ ਨੂੰ, 10-5 ਮਿੰਟ ਲਾਉਂਦੇ ਉੱਥੇ ਫੇਰ ਆ ਗਈ ਦਾ। ਅਤੇ ਕੀ ਬਣਿਆ ਫਿਰ ਤੇਰਾ ਗੱਡੀ ਦਾ ਬਾਈ? ਅੱਜ ਤਾਂ ਬਚਾਅ ਹੋ ਗਿਆ, ਫੋਟੋ ਲਾ ਲਾਂਗੇ ਨਿਕਲ ਗਿਆ, ਤੇ ਜਿੰਨਾ ਵੀ ਇੰਜਣ ਆਇਲ ਸੀ ਸਾਰਾ ਲੀਕ ਹੋ ਗਿਆ, ਬਚ ਗਿਆ। ਮਤਲਬ ਫਿਜ਼ੀਕਲੀ ਕੋਈ ਨੁਕਸਾਨ ਹੁੰਦਾ ਫਿਰ ਆਪਾਂ ਨੂੰ ਬਾਹਲਾ ਅਫਸੋਸ ਹੁੰਦਾ, ਵਧੋ ਵਧੀ ਵਧੋ ਵਧੀ ਹੈ। ਕਿੰਨੇ ਦਾ ਆਪਣਾ ਖਰਚਾ ਹੋ ਗਿਆ ਹੁਣ? ਅੱਜ 500 ਦਰਾਮ ਲੱਗ ਜਾਣਾ ਹੈ ਨਾ ਉਹਨੂੰ ਠੀਕ ਠੀਕ ਕਰਾਉਣ ਦਾ, ਹੈ ਨਾ? ਊਂ ਕਰਤੀ ਆ ਲੋਟ ਉਹਨਾਂ ਨੇ, ਕਰਤੀ ਆ ਲੈਣ ਜਾਂਦੇ ਹਨ, ਠੀਕ ਹੈ। ਚਲੋ ਵੀ ਦੋਸਤੋ, 500 ਮੀਲ 10-12 ਹਜ਼ਾਰ ਇੰਡੀਆ ਦਾ,
ਤੇ ਹਾਲਾਂਕਿ ਜੇ ਤੂੰ ਜਾਂ ਇੰਡੀਆ ਜਾਵੇਂ ਉੱਥੇ ਕਿੰਨਾ ਕੁ ਲੱਗੂ ਯਾਰ? ਨਹੀਂ ਆਈਡੀਆ ਨਹੀਂ, ਇੰਡੀਆ ਛੱਡੇ ਨੂੰ ਬਹੁਤ ਟਾਈਮ ਹੋ ਗਿਆ ਬਾਈ, ਨੋ ਆਈਡੀਆ ਨਹੀਂ। ਚਲੋ ਵੀ ਮਿੱਤਰੋ ਗੱਡੀ ਚੱਕ ਕੇ ਲੈ ਕੇ ਆਉਣੀ ਆ, ਜਿਹੜਾ ਆਹ ਗੱਡੀ ਚੱਲੇ ਹੌਲੀ ਹੌਲੀ ਲੈ ਕੇ ਆਉਂਦਾ ਹੁਣ, ਉਹ ਗਲਤ ਪਾਰਕਿੰਗ ਲਾਈ ਗਿਆ। ਬੜੇ ਨਮੂਨੇ ਮਿਲਦੇ ਆ, ਵਰਕਸ਼ਾਪ ਤੋਂ ਗੱਡੀ ਚੱਕ ਲਈ ਅਸੀਂ, ਫਿਰ ਮਿਲਦੇ। ਉੱਥੇ ਹੀ ਬਸ ਏ ਟੀ ਐਮ ਦੇ ਜਿਹੜਾ ਬਦੋ ਬਦੀ ਕੰਮ ਪਿਆ ਵਾ ਉਹਦੇ ਲਈ ਹੁਣ ਕੈਸ਼ ਕਢਾ ਲਈਏ। ਵੈਸੇ ਜਿੰਨਾ ਨੁਕਸਾਨ ਹੋਇਆ ਦੇਖ ਕੇ ਲੱਗਦਾ ਬਚਾਅ ਵੀ ਹੋ ਗਿਆ ਆਪਦਾ, ਇਹ ਗਲਤ ਵੀ ਬਚ ਸਕਦੀ ਕਿਤੇ ਆ, ਜਿਵੇਂ ਇੰਨੀ ਹਾਈਟ 'ਤੇ ਉੱਭੜੀ ਸੀ ਉਹ ਚੀਜ਼, ਆਪਦੇ 'ਤੇ ਵੀ ਆ ਸਕਦੀ। ਚਲੋ ਕੈਸ਼ ਵਿਦਡਰਾਅ ਹੋ ਗਿਆ ਅਤੇ ਹੁਣ ਆਪਾਂ ਚੱਲੀਏ ਗੱਡੀ 'ਚ। ਕੈਂਸਲ ਜ਼ਰੂਰ ਕਰ ਦਿਆ ਕਰੋ ਜਦੋਂ ਏ ਟੀ ਐਮ ਲਿੰਕ ਕਰ ਦਿਆ। ਬਦੋ ਬਦੀ ਕੰਮ ਫੜਾ ਲੈਂਦੇ ਪੈਸੇ, ਲਾਤਾ ਲੋਦਾ ਪੈਸੇ ਰੋਕਦੇ ਹੋ ਬਾਈ? ਪੈਸੇ ਨਹੀਂ ਰੋਕਦੇ, ਜਿਵੇਂ ਕੈਸ਼ 'ਚ ਰੱਖ ਲਾ, ਕਹਿੰਦੇ ਕੈਸ਼ ਨਹੀਂ ਰੱਖਣੇ ਚਾਹੀਦੇ, ਚੱਲ ਜਾਂਦੇ ਆ ਬਚਦੇ ਤਾਂ ਸਾਡੇ ਵਿੱਚ ਪਏ ਵੀ ਨਹੀਂ, ਕੰਮ 'ਚ ਪਏ ਵੀ ਨਹੀਂ ਬਚਦੇ, ਗੱਲ ਇਹ ਆ। ਚਲੋ ਵੀ ਦੋਸਤੋ ਮਿਲਦੇ ਹਾਂ ਤੁਹਾਨੂੰ ਵਰਕਸ਼ਾਪ 'ਤੇ ਜਾ ਕੇ, ਚੱਕ ਲਈਏ ਆਪਾਂ ਸਮਾਨ, ਗੱਡੀ ਚੱਕਣੀ ਆਪਾਂ ਜਾ ਕੇ। ਪਰ ਚੰਗੀ ਕਾਲੇ ਦੀ ਪ੍ਰਮੋਸ਼ਨ ਕਰਾਉਣ ਲੱਗ ਗਏ, ਕਾਲੇ ਦੀ ਹੱਥ ਹੋ ਜਾਂਦੀ ਆ। ਚੱਲ ਬਾਈ ਇੱਕ ਗੱਲ ਤਾਂ ਹੈ, ਚੱਲਾ ਕਾਲਾ ਪਹਿਲਾਂ ਵੀ ਮਿਲਾਇਆ ਸੀ ਇਹਦੀ ਅਸੀਂ ਯਾਰ, ਗਲਤੀ ਨਾਲ ਪ੍ਰਮੋਸ਼ਨ ਕਰਤੀ ਉੱਦਣ, ਉੱਦਣ ਦਾ ਸਾਨੂੰ ਗੈਰੇਜ ਹੀ ਰੱਖਦਾ ਇਹ ਭੈਣ ਚੋ। ਯਾਰ ਮੂਹਰੇ ਉਹਨਾਂ ਗੱਡੀ ਚੋਂ ਨਿਕਲ ਕੁਛ ਉੱਭੜ ਕੇ ਵੱਜਿਆ, ਚੈਂਬਰ ਪਾੜਦਾ ਯਾਰ, ਚੈਂਬਰ ਗਿਆ ਨਾ, ਫੋਟੋ ਤਾਂ ਹਿੱਸਾ ਹੀ ਹੋਈ, ਫੋਟੋ ਪਾਵਾਂਗੇ ਨਾਲ ਹੀ ਆਪਾਂ। ਜਿਹੜੀ ਪਸੰਦ ਆਉਂਦੀਆਂ ਚੱਕ ਕੇ ਲੈ ਜਾ, ਜਿਹੜੀ ਆਪਾਂ ਡੇਲੀ ਚੇਂਜ ਕਰੀਏ ਗੱਡੀ ਇਹ ਦੁਬਈ ਕਾਲੇ ਹੋਣਾ ਦੀ ਲੈ ਭੈਣ ਦੇ, ਗੱਡੀ ਤੇ ਗੱਡਾ ਗੱਡੀ ਤੇ ਗੱਡੀ, ਆ ਵੀ ਕਾਲੇ ਦੀ ਆਈਸਕ੍ਰੀਮ ਵਾਲੀ ਲੋ ਵੀ ਗੱਡੀ ਚੱਕ ਲਿਆਂਦੀ, ਗੱਡੀ ਹੋ ਗਈ ਟੱਚ ਪੂਰੀ, ਤੇ ਹੁਣ ਬਾਕੀ ਗੇੜਾ ਸ਼ੇੜਾ ਕੱਢ ਕੇ ਦੇਖਦੇ ਆ। ਬੰਦਿਆਂ ਦਾ ਕੰਮ ਤਾਂ ਇਹਨਾਂ ਦਾ ਇੱਕ ਨੰਬਰ ਆ, ਤਾਂ ਵੀ ਤਾਂ ਵਾਰੀ ਵਾਰੀ ਬਿਨਾਂ ਦੇਖੇ ਬਿਨਾਂ ਰੇਟ ਪੁੱਛੇ ਇਹਨਾਂ ਦੇ ਆ ਜਾਈਦਾ, ਹੈ ਨਾ। ਅਤੇ ਗੱਡੀ ਗੰਦੀ ਬਹੁਤ ਹੋ ਗਈ ਥੱਲਿਓਂ ਵੀ, ਉਹ ਥੋੜ੍ਹਾ ਗੱਡੀ ਦੇ ਚੈਂਬਰ 'ਚ ਲੱਗੀ ਨਾ ਤਾਂ ਓਇਲ ਸਾਰਾ ਨਿਕਲ ਗਿਆ, ਓਇਲ ਨਿਕਲਣਾ ਥੱਲੇ ਸਾਰਾ, ਹੁਣ ਗੱਡੀ ਦੇ ਥੱਲੇ ਧਵਾਉਣੀ ਜ਼ਰੂਰੀ ਹੋ ਗਈ। ਸਵੇਰ ਨੂੰ ਤਾਂ ਗੱਡੀ ਹੋ ਜਾਣੀ ਆ ਬੀਜ਼ੀ ਇਹ, ਅਤੇ ਕੱਲ੍ਹ ਦੁਪਹਿਰੇ ਫਿਰ ਗੱਡੀ ਧਵਾਉਂਦੇ ਹਾਂ ਆਪਾਂ, ਥੱਲੇ ਸਾਰਾ ਡੀਜ਼ਲ ਮਰਵਾ ਕੇ ਪਾਣੀ ਮਰਵਾ ਕੇ ਇਹਨੂੰ ਸਾਫ਼ ਕਰਵਾਉਂਦੇ ਹਾਂ, ਕਾਫ਼ੀ ਗੰਦੀ ਹੋ ਗਈ ਆ। ਹੁਣ ਟਾਈਮ ਹੈ ਨਹੀਂ ਜਮਾਂ ਵੀ, ਹੁਣ ਜਾਣਾ ਬਾਈ ਨਾਲ, ਬਾਈ ਨੂੰ ਦੂਜੀ ਗੱਡੀ ਘਰ ਛੱਡਣ ਗਿਆ, ਉਹ ਚੱਕਦਾ ਨਾਲ ਇਹਦੀ ਟਰਾਈ ਹੋ ਜਾਊਗੀ ਕਿੱਦਾਂ ਵਾ ਹਿਸਾਬ ਕਿਤਾਬ।
ਠੀਕ ਹੈ ਜੀ, ਫਿਰ ਮਿਲਦੇ ਹਾਂ ਹੁਣ ਆਪਾਂ ਬਾਈ ਨੂੰ ਚੱਕ ਕੇ। ਕਿਵੇਂ ਰਿਹਾ ਅੱਜ ਦਾ ਦਿਨ ਟੋਟਲ ਮਿਲਾ ਕੇ? ਯਾਰ ਠੀਕ ਠੀਕ ਹੀ ਰਿਹਾ, ਮੈਂ ਤਾਂ ਖੱਜਲ ਹੋਇਆ ਨਾ, ਕਾਫੀ ਖੱਜਲ ਹੋ ਗਿਆ ਅੱਜ ਮੈਂ। ਚੈਂਬਰ ਜਿਹੜਾ ਹੈਗਾ ਥੱਲਿਓ ਪੂਰਾ ਪਾਟ ਗਿਆ ਹੈ, ਉਹਦੀ ਤੁਹਾਨੂੰ ਫੋਟੋ ਮਿਲ ਜੂਗੀ। ਤੇ ਇਹਦੇ ਨਾਲ ਹੀ ਆਪਾਂ ਕਰਦੇ ਹਾਂ ਬੰਦ ਬਲੌਗ ਅੱਜ ਦਾ, ਕੱਲ ਨੂੰ ਮਿਲਦੇ ਹਾਂ ਇੱਕ ਨਵੇਂ ਬਲੌਗ ਨਾਲ। ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਹੜੇ ਨਵੇਂ ਬੰਦੇ ਦੇਖ ਰਹੇ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ। ਬਹੁਤ ਬਹੁਤ ਧੰਨਵਾਦ।